ਇਹ ਬੰਦਾ ਕਾਸੇ ਜੋਗਾ ਨਹੀਂ ਕੁਝ ਨਹੀਂ ਕਰ ਸਕਦਾ ਐਵੇਂ ਕਰੀਗਾ ਮੈਂ ਤੁਹਾਨੂੰ ਬਹੁਤ ਚੀਜ਼ਾਂ ਕਰਕੇ ਦਿਖਾਈਆਂ ਕਰਕੇ ਦਿਖਾਉਂਗਾ ਮੈਂ ਹੀ ਬਹੁਤ ਚੰਗਾ ਬੰਦਾ ਹੈ ਇਹ ਵਰਡ ਕਹੇ ਹੈ ਕਿ ਬਾਈਡਨ ਨੇ ਟਰੰਪ ਨੂੰ ਜੀ ਇੰਨੇ ਤੱਤੇ ਹੋ ਗਏ ਜੀ ਹਾਂਜੀ ਬ੍ਰਾਡਰ ਸਾਹਿਬ ਯੂਜੂਅਲੀ ਇਹੋ ਜੀ ਖਬਰ ਡੋਨਲਡ ਟਰੰਪ ਹੋਰਾਂ ਦੇ ਬਾਰੇ ਆਉਂਦੀ ਹੁੰਦੀ ਹੈ ਪਰ ਇਸ ਵਾਰੀ ਇਹ ਖਬਰ ਹੈ ਜੋ ਬਾਈਡਨ ਹੋਰਾਂ ਪਾਸਿਓਂ ਆਈ ਹੈ ਕਿ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਡੋਨਲਡ ਟਰੰਪ ਹੋਰਾਂ ਤੇ ਪੜਾ ਸਕੀ ਟੀ ਹੈ ਉਹਨਾਂ ਨੂੰ ਕਾਫੀ ਕ੍ਰਿਟਿਕਾਈਜ਼ ਕੀਤਾ ਹੈ ਬੁਰਾ ਭਲਾ ਕਿ ਹੈ ਦਰਅਸਲ ਡੈਲਾਵੇਅਰ ਦੇ ਵਿੱਚ ਵਿਲੀਮਿੰਗਟਨ ਦੇ ਵਿੱਚ ਇੱਕ ਰੈਲੀ ਹੋ ਰਹੀ ਸੀਗੀ ਤੁਸੀਂ ਕਹੋ ਕਿ ਇਲੈਕਸ਼ਨ ਕੈਂਪੇਨ ਹੋ ਰਹੀ ਸੀਗੀ ਜਿੱਥੇ ਯੂਐਸ ਦੇ ਮੌਜੂਦਾ ਪ੍ਰੈਜ਼ੀਡੈਂਟ ਜੋ ਬਾਈਡਨ ਹੋਰੀ ਪਹੁੰਚੇ ਸੈਟਰਡੇ ਨੂੰ ਇਹ ਹੋ ਰਹੀ ਸੀਗੀ ਰੈਲੀ ਤੇ ਪ੍ਰੈਜ਼ੀਡੈਂਟ ਬਾਈਡਨ ਨੇ ਇੱਥੇ ਕਿਹਾ ਕਿ ਅੱਜ ਜਿੱਥੇ ਮੈਂ ਹਾਂ ਆਮ ਫੀਲਿੰਗ ਗੁੱਡ ਆਪਾਂ ਜੋ ਕੁਝ ਕਰ ਰਹੇ ਆ ਸਹੀ ਕਰ ਰਹੇ ਆ ਆਪਾਂ ਸਹੀ ਡਾਇਰੈਕਸ਼ਨ ਦੇ ਵਿੱਚ ਜਾ ਰਹੇ ਆ ਅਮਰੀਕਨ ਲੋਕ ਇਸ ਵੇਲੇ ਫੋਕਸ ਕਰ ਰਹੇ ਨੇ ਅਸੀਂ ਸਹੀ ਟਰੈਕ ਦੇ ਉੱਤੇ ਆ ਪਰ ਜਿਹੜੇ ਬੰਦੇ ਦੇ ਅਗੇਂਸਟ ਆਪਾਂ ਇਲੈਕਸ਼ਨ ਲੜਨਾ ਹੈ ਹੀ ਇਜ਼ ਗੁੱਡ ਫਾਰ ਨਾਥਿੰਗ ਉਹ ਕਿਸੇ ਚੀਜ਼ ਦੇ ਵਿੱਚ ਗੁੱਡ ਨਹੀਂ ਹੈਗਾ ਹੀ ਇਜ਼ ਅਗੇਂਸਟ ఎవਰੀਥਿੰਗ ਉਹ ਕਹਿੰਦੇ ਕਿ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਕੈਂਪੇਨਸ ਦੇਖੀਆਂ ਤੇ 트ੰਪ ਦੀ ਜਿਹੜੀ ਕੈਂਪੇਨ ਆ ਸਭ ਤੋਂ ਵੀਅਰਡ ਹੈ ਉਹ ਕਹਿੰਦੇ ਕਿ ਬਿਹੇਵੀਅਰ ਦੇ ਮਾਮਲੇ 'ਚ ਗੱਲ ਕਰੀਏ ਤਾਂ ਇਹ ਜਿਹੜੀ ਕੈਂਪੇਨ ਚੱਲ ਰਹੀ ਹੈ ਇਸ ਵੇਲੇ ਡਾਉਨਰ ਟ੍ਰੰਪ ਦੀ ਇਹ 2020 ਦੀ ਕੈਂਪੇਨ ਤੋਂ ਵੀ ਵੱਧ ਮਾੜੀ ਹੈ ਬਾਈਡਨ ਹੋਰਾਂ ਨੇ ਕਿਹਾ ਕਿ ਅਮਰੀਕਨ ਲੋਕ ਨੈਕਸਟ ਜਨਰਲ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਪਤਾ ਕਿ ਇਹਦਾ ਅਗਲੇ ਜਿਹੜਾ ਇਲੈਕਸ਼ਨ ਹੈ ਦਾ ਸਿਗਨੀਫੀਕੈਂਸ ਕੀ ਹੈ ਤੇ ਪਤਾ ਹੋਣਾ ਕਹਿੰਦੇ ਜ਼ਰੂਰੀ ਵੀ ਹੈ ਪਰ ਜਿਹੜੇ 트੍ਰੰਪ ਆ ਉਹ ਵਾਰੀ ਵਾਰੀ ਲੋਕਾਂ ਨੂੰ ਭੜਕਾਉਣ ਦੀ ਭੜਕਾਉਣ ਦੀ ਰਸਤੇ ਤੋਂ ਪਾਸੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹੈ ਪ੍ਰੈਜ਼ੀਡੈਂਟ ਨੇ ਕਿਹਾ ਕਿ ਜਦੋਂ ਮੈਂ ਫੋਰਨ ਟੂਰਸ ਤੇ ਜਾਂਦਾ ਤਾਂ ਦੂਜੇ ਦੇਸ਼ਾਂ ਦੇ ਜਿਹੜੇ ਲੀਡਰ ਹੈ ਉਹ ਮੇਰੀ ਲੀਡਰਸ਼ਿਪ ਦੀ ਤਾਰੀਫ ਕਰਦੇ ਹੈ ਉਹ ਨਾਲ ਦੀ ਨਾਲ ਮੈਨੂੰ ਇਹ ਵੀ ਦੱਸਦੇ ਹੈ ਕਿ ਤੇਰੀ ਤੇਰੀ ਹੋਮ ਪੋਪੂਲੈਰਿਟੀ ਕਾਫੀ ਵਧੀ ਹੈ ਤੇ ਅਸੀਂ ਸਾਰੇ ਰਲ ਕੇ ਇਸ ਚੀਜ਼ ਨੂੰ ਸੈਲੀਬ੍ਰੇਟ ਕਰਦੇ ਆਂ ਯਾ ਰੀਸੈਂਟਲੀ ਵਿਰਾਟ ਸਾਹਿਬ ਇੱਕ ਕੁਇਨੀ ਪੀਕ ਨਾਮ ਦੀ ਕੋਈ ਫਰਮ ਆ ਉਹਨੇ ਪੋਲਸ ਕੀਤੇ ਆ ਜਿਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਪ੍ਰੈਜ਼ੀਡੈਂਟ ਬਾਈਡਨ ਸਾਬਕਾ ਪ੍ਰੈਜ਼ੀਡੈਂਟ 트ੰਪ ਤੋਂ ਵਧੀਆ ਸੋ ਇਸ ਭਾਸ਼ਣ ਦੇ ਵਿੱਚ ਉਹਨਾਂ ਪੋਲਸ ਦਾ ਵੀ ਇਹਨਾਂ ਨੇ ਜ਼ਿਕਰ ਕੀਤਾ ਕਿ ਹੁਣ ਤਾਂ ਸਰਵੇ ਦੇ ਵਿੱਚ ਵੀ ਮੈਨੂੰ ਜਿੱਤਿਆ ਦਿਖਾਇਆ ਜਾਂਦਾ ਜੀ ਵਿਰਾਟ ਸਾਹਿਬ ਮੈਂ ਕੋਈ ਸਰਵੇ ਸਰਵੇ ਚ ਕਿੰਨੇ ਮਰਜ਼ੀ ਜਿੱਤ ਲੈਣਾ ਆਪਦੀਆਂ ਭਾਸ਼ਣ ਕਿੰਨੇ ਮਰਜ਼ੀ ਕਰ ਲੈਣ ਕੋਈ ਵੀ ਲੀਡਰ ਜਦੋਂ ਵੋਟਾਂ ਪੈਂਦੀਆਂ ਅਸਲੀ ਸਰਵੇ ਤਾਂ ਖੁਦੋਂ ਪਤਾ ਲੱਗਦਾ ਵੀ ਵੇਖੀ ਮੇਰੀ ਗੱਲਾਂ 'ਚ ਦਮ ਹੈਗਾ ਕਿ ਨਹੀਂ ਹੈਗਾ ਤੇ ਪੁਰਾਣੇ ਟਾਈਮ 'ਚ ਇਹ ਹੁੰਦਾ ਸੀਗਾ ਵੀ ਰਾਜਾ ਜਿਹੜਾ ਹੁੰਦਾ ਸੀਗਾ ਉਹ ਕਿਸੇ ਬਾਜ਼ਾਰ ਬਜ਼ੂਰ 'ਚ ਜਾਇਆ ਕਰਦਾ ਸੀਗਾ ਦੇਖਦਾ ਸੀ ਵੀ ਮੇਰੀ ਜਨਤਾ ਕੀ ਸੋਚਦੀ ਆ ਕੀ ਕਰਦੀ ਆ ਫਿਰ ਉਹ ਆਪਦੇ ਫੋਲੋ ਕਰਦਾ ਸੀ ਸੋ ਇਹ ਟ੍ਰੈਂਡ ਜੇ ਮੈਨੂੰ ਲੱਗਦਾ ਹੋਣਾ ਚਾਹੀਦਾ ਥੋੜਾ ਬਹੁਤ ਬਿਲਕੁਲ ਵਾਟਸਐਪ ਚਲੋ ਉਹ ਤੁਸੀਂ ਕਹਿ ਲੋ ਕਿ ਡਿਕਟੇਟਰਸ਼ਿਪ ਸੀਗੀ ਹੁਣ ਡੈਮੋਕ੍ਰੇਸੀ ਆ ਪਰ ਇੱਕ ਚੀਜ਼ ਆਪਾਂ ਦੇਖੀਏ ਚਾਹੇ ਯੂਐਸ ਹੋਵੇ ਚਾਹੇ ਇੰਡੀਆ ਪਹਿਲਾਂ ਸਰਵੇ ਆਉਂਦੇ ਹੁੰਦੇ ਸੀਗੇ ਕਿ ਆਪਾਂ ਕਹਿ ਦਿੰਦੇ ਸੀ ਕਿ ਇਹ ਮੈਨਿਪੂਲੇਟਡ ਆ ਇਹਦੇ ਵਿੱਚ ਤੋੜਪੰਨ ਕੀਤੀ ਗਈ ਹੈ ਤੇ ਹੁਣ ਬਰਾਡ ਸਰਵੇ ਆਉਂਦੇ ਆ ਜਿਹੜੇ ਆਪਣੇ ਆਪ ਦੇ ਵਿੱਚ ਮੈਨਿਪੂਲੇਟ ਕਰਨਾ ਹੁੰਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਲੋਕਾਂ ਦੇ ਦਿਮਾਗ ਨਾਲ ਤੋੜਪੰਨ ਕਰਨੀ ਹੁੰਦੀ ਹੈ ਸੋ ਆਪਾਂ ਦੇਖਿਆ ਕਿ ਆ 2024 ਆ ਜਿਹੜਾ ਕਈ ਦੇਸ਼ਾਂ ਦੇ ਵਿੱਚ ਇਲੈਕਸ਼ਨ ਹੋਣੇ ਆ ਗਰਮਾ-ਗਰਮੀ ਚਾਰਚਪੇਰੇ ਚੱਲ ਪਈ ਹੈ ਦੇਖਦੇ ਆ ਕੀ ਬੰਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ-ਕਿਹੜੇ ਦੇਸ਼ ਨੂੰ ਕੋਈ ਨਵੇਂ ਸ਼ਾਸਕ ਮਿਲਦੇ ਆ ਤੇ ਕਿਹੜਿਆਂ ਨੇ ਇਹਨਾਂ ਨੂੰ ਹੀ ਭੁਗਤਣਾ